ਸੋ ਜਿੱਥੇ ਆਪਾਂ ਇਹਨਾਂ ਵੀਡੀਓਜ਼ ਦੇ ਜ਼ਰੀਏ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਿੰਦੇ ਹਾਂ ਕਿ ਤੁਸੀਂ ਕਿੱਥੇ ਅਪਲਾਈ ਕਰੋ, ਕਿਵੇਂ ਅਪਲਾਈ ਕਰੋ, ਸਹੀ ਆਪਸ਼ਨ ਕਿਹੜੀ. ਅੱਜ ਆਪਾਂ ਉਸੇ ਦੇ ਤਹਿਤ USA ਦੀ ਗੱਲ ਕਰਾਂਗੇ. ਬਹੁਤ ਸਾਰੇ ਸਵਾਲ ਵੀ ਨੇ ਸਾਡੇ ਕੋਲ ਕਿ ਕਿਹੜੀਆਂ ਚੰਗੀਆਂ ਆਪਸ਼ਨ ਨੇ ਜੀ, ਅਸੀਂ ਕਿਵੇਂ ਰਾਈਟ ਆਪਸ਼ਨ ਚੂਜ਼ ਕਰੀਏ, ਕਿਵੇਂ ਪਤਾ ਚੱਲੇਗਾ ਅਸੀਂ ਕਿਹੜੇ ਕਾਲਜ, ਕਿਹੜੇ ਕੋਰਸ ਵੱਲ ਅੱਗੇ ਵਧੀਏ. ਸੋ ਅੱਜ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸੀਏ ਕਿਹੜੇ ਬੈਸਟ ਕੋਰਸਿਸ ਨੇ ਜਿੱਥੇ ਤੁਸੀਂ ਅਪਲਾਈ ਕਰੋ. USA ਬਾਰੇ ਅਗਰ ਸੋਚ ਰਹੇ ਹੋ, ਕਿਵੇਂ ਤੁਸੀਂ ਆਪਣੇ ਖਰਚੇ ਨੂੰ ਮੈਨੇਜ ਕਰਨਾ ਹੈ, ਕਿ ਕਿਵੇਂ ਤੁਸੀਂ ਤਿਆਰੀ ਕਰਨੀ ਹੈ, ਚਾਹੇ ਆਪਾਂ ਡਾਕੂਮੈਂਟੇਸ਼ਨ ਦੀ ਗੱਲ ਕਰੀਏ, ਇੱਕ ਇੱਕ ਕਰਕੇ ਹਰੇਕ ਪੁਆਇੰਟ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਦੇ ਜ਼ਰੀਏ. ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ. ਔਰ USA ਨੂੰ ਲੈ ਕੇ ਸਾਰੇ ਪੁਆਇੰਟਸ ਤੁਹਾਡੇ ਨਾਲ ਕਲੀਅਰ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਜ਼ ਵੀਨਾ ਗੋਇਲ ਮੈਮ ਸਾਡੇ ਨਾਲ ਨੇ. ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ. ਸੋ ਮੈਮ, ਆਪਾਂ ਜਦੋਂ USA ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਟੂਡੈਂਟ ਨੂੰ ਆਪਣੇ ਮਾਇੰਡ ਵਿੱਚ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ, ਕਿਹੜੀ ਥਾਂ 'ਤੇ ਫੋਕਸ ਕਰਨਾ ਚਾਹੀਦਾ, ਕਿਸ ਤਰ੍ਹਾਂ ਦੀ ਤਿਆਰੀ ਰੱਖਣੀ ਚਾਹੀਦੀ ਹੈ ਜੇਕਰ ਉਹ ਸੋਚਦੇ ਨੇ ਅਸੀਂ USA ਅਪਲਾਈ ਕਰੀਏ, ਔਰ ਕਿਹੜੇ ਕੋਰਸਿਸ ਲਈ ਸਟੂਡੈਂਟ ਪਤਾ ਕਰੇ ਖੁਦ ਨੂੰ ਕਿ ਮੈਂ ਐਲੀਜੀਬਲ ਹਾਂ ਕਿ ਨਹੀਂ ਹਾਂ? ਹਰਜੋਤ, USA ਜਾਣ ਵਾਸਤੇ ਬੱਚਾ ਜਿਹੜਾ ਹੈ, ਦੋ ਕਿਸਮ ਦੇ ਬੱਚੇ ਆ. ਇਹ ਕਹਿੰਦਾ ਕਿ ਉੱਥੇ ਇਨਕਮ ਬਹੁਤ ਅੱਛੀ ਹੈ, ਮੈਂ ਜਾਣਾ ਹੀ USA ਆ. ਦੂਸਰਾ ਬੱਚਾ IT ਸੇਵੀ, ਵੈਰੀ ਇੰਟੈਲੀਜੈਂਟ, ਬਹੁਤ ਅੱਛਾ ਬੱਚਾ ਹੈ ਜਿਹਦਾ ਕਿ ਟੈਕਨੋਲੋਜੀ ਵਿੱਚ ਕੈਰੀਅਰ ਬਣਾਉਣਾ, ਕਿਉਂਕਿ ਟੈਕਨੋਲੋਜੀ ਵਾਸਤੇ US ਤੋਂ ਬੜੀ ਕੋਈ ਕੰਟਰੀ ਨਹੀਂ. ਵੈਸੇ ਆਲ ਓਵਰ ਵਰਲਡ ਹੈ ਅਤੇ ਲੀਡਰ ਹੀ ਹੈ ਵਰਲਡ ਦਾ, ਬਟ ਟੈਕਨੋਲੋਜੀ ਵਾਸਤੇ ਨੋ ਡਾਊਟ ਕਿ US ਤੋਂ ਵਧੀਆ ਕੋਈ ਕੰਟਰੀ, ਕੋਈ ਇਹਨਾਂ ਦੀ ਬਰਾਬਰੀ ਨਾ ਤਾਂ ਪੇ 'ਚ ਕਰ ਸਕਦਾ, ਨਾ ਟੈਕਨੋਲੋਜੀ ਵਿੱਚ ਕਰ ਸਕਦਾ. ਠੀਕ ਹੈ, ਹੁਣ ਬੱਚਾ ਕਿਸ ਤਰ੍ਹਾਂ ਦੀ ਤਿਆਰੀ ਰੱਖੇ, ਮੈਂ ਸਟੈਪ ਬਾਈ ਸਟੈਪ ਦੱਸ ਰਹੀ ਹਾਂ ਬੱਚਿਆਂ ਨੂੰ ਜਿਹੜੇ ਬੱਚੇ ਜਾਣਦੇ ਚਾਹਵਾਨ ਹੈ. ਔਰ ਇਹ ਆਪਾਂ ਪੰਜਾਬੀ 'ਚ ਬਣਾ ਰਹੇ ਹਾਂ ਪੰਜਾਬ ਦੇ ਬੱਚਿਆਂ ਵਾਸਤੇ, ਜਾਂ ਜਿਹੜੇ ਆਪਣੇ ਬੱਚੇ ਜਿਹੜੇ ਆਲ ਓਵਰ ਵਰਲਡ ਪੰਜਾਬੀ ਬੋਲ ਸਕਦੇ ਆ. ਅਦਰਵਾਈਜ਼ ਜਿਹੜਾ ਨਾ ਸਾਊਥ ਵਿੱਚ ਇਹ ਵੀਡੀਓ ਇੰਨੀ ਪਸੰਦ ਕੀਤੀ ਜਾਏਗੀ ਕਿਉਂਕਿ ਉਹ ਸਾਰਾ ਜਿਹੜਾ ਹੱਬ ਹੈ ਉਹ IT ਹੱਬ ਹੈ ਜੀ. USA ਦੇ ਵਾਸਤੇ ਜੇ ਜਾਣਾ ਹੈ ਤਾਂ ਤੁਹਾਨੂੰ ਜੇ ਅੱਛੀ ਯੂਨੀਵਰਸਿਟੀ ਹੋਏਗੀ ਵੀਜ਼ਾ ਚਾਂਸਿਸ ਬਹੁਤ ਜ਼ਿਆਦਾ ਹੈ. ਇੱਕ ਕੁਐਸਚਨ ਇਹ ਜ਼ਰੂਰ ਪੁੱਛਦੇ ਆ, ਵਾਈ ਦਿਸ ਯੂਨੀਵਰਸਿਟੀ? ਠੀਕ ਹੈ ਨਾ, ਐਂਡ ਹਾਊ ਮੈਨੀ ਯੂਨੀਵਰਸਿਟੀਜ਼ ਯੂ ਅਪਲਾਈਡ? ਅਤੇ ਤੁਸੀਂ ਇੱਕ ਅੱਛੇ ਬੱਚੇ ਹੋ ਜਾਂ ਸਟੂਡੈਂਟ ਅੱਛਾ ਹੈ ਤਾਂ 3-4-5 ਯੂਨੀਵਰਸਿਟੀਆਂ 'ਚ ਜ਼ਰੂਰ ਅਪਲਾਈ ਕਰਦਾ, ਔਰ ਕੋਰਸ ਅੱਛਾ ਹੋਣਾ ਚਾਹੀਦਾ. ਸਟੈਮ ਕੋਰਸ ਦੀ ਮੈਂ ਹਮੇਸ਼ਾ ਗੱਲ ਕਰਦੀ ਹਾਂ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥ, ਔਰ ਉਹਦੇ ਵਿੱਚ ਵੀ ਜੇ ਰਿਸਰਚ ਕਰੋ 78% ਬੱਚਾ ਜਿਹੜਾ IT ਵਿੱਚ ਅਪਲਾਈ ਕਰਦਾ ਹੈ, ਕਿਉਂਕਿ IT ਦੀ ਵੀ ਅੱਗੇ ਬਹੁਤ ਬੜੀ, ਤੁਸੀਂ ਇਹ ਦੇਖੋ ਕਿੰਨੀ ਬ੍ਰਾਂਚਿਜ਼ ਹੈ ਕਿ IT ਦੇ ਵਿੱਚ ਤੁਸੀਂ ਦੇਖੋ ਡੇਟਾ ਐਨਾਲਿਟਿਕ ਆ ਗਿਆ, ਸਾਈਬਰ ਸਿਕਿਉਰਿਟੀ, ਆਰਟੀਫਿਸ਼ਲ ਇੰਟੈਲੀਜੈਂਸ, ਕਲਾਊਡ ਕੰਪਿਊਟਿੰਗ, ਮਤਲਬ ਬਹੁਤ ਸਾਰੇ ਕੋਰਸਿਸ ਹੈ IT ਦੇ ਵਿੱਚ. ਹੁਣ ਬੱਚਾ ਤਿਆਰੀ ਕਿੱਦਾਂ ਕਰੇ? ਜੇ +2 ਵਾਲਾ ਬੱਚਾ ਹੈ ਅਤੇ ਉਹ ਜੇ ਸੈਟ ਕਰ ਲਏ ਤਾਂ ਵੀਜ਼ਾ ਇਹਨਾਂ ਦਾ ਆਲਮੋਸਟ 100% ਹੁੰਦਾ, ਫਿਰ ਵੀਜ਼ਾ ਖਰਾਬ ਨਹੀਂ ਹੁੰਦਾ. ਸਕਾਲਰਸ਼ਿਪ ਐਪਟੀਟਿਊਡ ਟੈਸਟ, ਜਿਹਦਾ ਕਿ ਉਹਨਾਂ ਨੂੰ ਜਿੱਦਾਂ ਆਪਾਂ IELTS ਜਾਂ TOEFL ਦਾ ਇੱਕ ਟੈਸਟ ਮੰਨ ਲਈਏ ਇੰਗਲਿਸ਼ ਦਾ, ਅਤੇ ਇਹ ਸਕਾਲਰਸ਼ਿਪ ਐਪਟੀਟਿਊਡ ਟੈਸਟ ਜਿਹੜਾ ਇਹ ਖਾਲੀ +2 ਵਾਲੇ ਸਟੂਡੈਂਟਸ ਵਾਸਤੇ ਹੀ ਹੈ. ਔਰ ਜਿਹੜੇ ਬੜੀ ਸਿਟੀਜ਼ ਦੇ ਬੱਚੇ ਆ ਉਹਨਾਂ ਨੂੰ ਇਹਦੀ ਇਨਫੋਰਮੇਸ਼ਨ ਕਾਫੀ ਅੱਛੀ ਹੁੰਦੀ ਹੈ, ਔਰ ਉਹ ਜਦ 10th ਕਰ ਰਹੇ ਹੁੰਦੇ ਆ ਜਾਂ +1 ਕਰ ਰਹੇ ਹੁੰਦੇ, ਉਸ ਟਾਈਮ ਉਹਨਾਂ ਦੇ ਕੋਲ ਟਾਈਮ ਹੁੰਦਾ, ਉਸ ਟਾਈਮ ਇਹ ਟੈਸਟ ਕਰ ਲੈਂਦੇ, 5 ਸਾਲ ਵਾਸਤੇ ਵੈਲਿਡ ਹੁੰਦਾ. ਔਰ ਜੇ ਇਹ ਸੈਟ ਵੀ ਕਰ ਲਿਆ, ਤੁਸੀਂ IELTS ਵੀ ਕਰ ਲਈ, ਕਿਉਂਕਿ US ਦੇ ਵਿੱਚ ਟੈਸਟ ਬਹੁਤ ਕਿਸਮ ਦੇ ਇੰਗਲਿਸ਼ ਟੈਸਟ ਐਕਸੈਪਟਿਡ ਹੈ. ਸਭ ਤੋਂ ਪੁਰਾਣਾ ਟੈਸਟ ਉਹਨਾਂ ਦਾ TOEFL ਹੈ, ਅਤੇ ਸਭ ਤੋਂ ਪਹਿਲੇ ਉਹ TOEFL ਹੀ ਐਕਸੈਪਟ ਕਰਦੇ ਸੀ.
ਟੋਫਲ ਦੇ ਨਾਲ ਇਹਨਾਂ ਨੇ ਆਇਲਸ ਵੀ ਐਕਸੈਪਟ ਕੀਤਾ, ਪੀ ਟੀ ਵੀ ਐਕਸੈਪਟ ਕੀਤਾ, ਹੋਰ ਡਿਊਲਿੰਗੋ ਵੀ ਐਕਸੈਪਟ ਕਰਦੇ ਆ। ਡਿਊਲਿੰਗੋ ਦਾ ਜਿਹੜਾ ਰਿਜ਼ਲਟ ਹੈ ਵਿਦਇਨ ਆਰਟਸ ਰਿਜ਼ਲਟ ਆ ਜਾਂਦਾ, ਔਰ ਫੀਸ ਵੀ ਉਹਦੀ ਬਹੁਤ ਘੱਟ ਹੈ, ਮੇਰੇ ਖਿਆਲ $40-45 ਹੀ ਫੀਸ ਹੈ, ਜਾਂ $35-45 ਆ ਕੁਛ ਉਹਨਾਂ ਦੀ ਜਿਹੜੀ ਫੀਸ, ਉਹ ਵੀ ਬਹੁਤ ਘੱਟ ਹੈ। ਜਿਹੜੇ ਸਟੂਡੈਂਟ ਦੀ ਇੰਗਲਿਸ਼ ਬਹੁਤ ਅੱਛੀ ਹੈ, ਸਮਾਂ ਬਚਾਉਣਾ ਚਾਹੁੰਦੇ ਕੋਚਿੰਗ ਦਾ, ਆਪ ਔਨਲਾਈਨ ਥੋੜ੍ਹੀ ਜਿਹੀ ਟ੍ਰੇਨਿੰਗ ਲੈ ਕੇ ਉਹ ਔਨਲਾਈਨ ਡਿਊਲਿੰਗੋ ਦਾ ਟੈਸਟ ਦੇ ਲੈਂਦੇ, ਸੇਮ ਟਾਈਮ ਰਿਜ਼ਲਟ ਆ ਜਾਂਦਾ, ਇਹ ਟਾਈਮ ਸੇਵਿੰਗ ਹੋ ਜਾਂਦਾ। ਤੁਸੀਂ ਅੱਛੀ ਯੂਨੀਵਰਸਿਟੀਆਂ 'ਚ ਜਦ ਅਪਲਾਈ ਕਰਦੇ ਹੋ ਤਾਂ ਵੀਜ਼ਾ ਸਕਸੈਸ ਰੇਟ ਤੁਹਾਡਾ 100% ਰਹਿੰਦਾ। ਖਾਲੀ ਟਿਪਸ ਐਂਡ ਟ੍ਰਿਕਸ ਚਾਹੀਦੇ ਆ। ਦੈਨ ਜੇ ਬੱਚਾ ਗ੍ਰੈਜੂਏਸ਼ਨ ਵਾਲਾ ਔਰ ਪੋਸਟ ਗ੍ਰੈਜੂਏਸ਼ਨ ਵਾਸਤੇ ਅਪਲਾਈ ਕਰ ਰਿਹਾ, ਕਿਉਂਕਿ ਉਹ ਮੈਚੋਰ ਸਟੂਡੈਂਟ ਹੈ, ਸੇਮ ਟਿਪਸ ਉਹਦੇ ਵਾਸਤੇ। ਉਹਨਾਂ ਨੂੰ ਸੈਟ ਨਹੀਂ ਚਾਹੀਦਾ, ਉਹਨਾਂ ਨੂੰ ਇੰਗਲਿਸ਼ ਦਾ ਟੈਸਟ ਚਾਹੀਦਾ, ਔਰ ਬਹੁਤ ਅੱਛੀ ਯੂਨੀਵਰਸਿਟੀ ਜਾਣਾ। ਜਿਹੜੀ ਕੁਆਲਿਟੀ ਯੂਨੀਵਰਸਿਟੀਜ਼ ਹੈ ਉਹ GRE ਜਾਂ GMAT ਮੰਗ ਸਕਦੀਆਂ। ਆਪਾਂ ਐਵਰੇਜ ਬੱਚੇ ਦੀ ਗੱਲ ਕਰੀਏ, ਫਿਰ ਉਹ ਯੂਨੀਵਰਸਿਟੀ ਜਿਹੜੀ ਉਹ ਟੋਪ ਰੈਂਕਿੰਗ ਨਹੀਂ ਹੋਏਗੀ, ਕਿਉਂਕਿ ਉਹਨਾਂ ਦੀ ਫੀਸ ਵੀ ਹੁੰਦੀ ਹੈ। ਅਤੇ ਉਹ ਜਿਹੜੀ ਯੂਨੀਵਰਸਿਟੀ ਐਵਰੇਜ ਯੂਨੀਵਰਸਿਟੀਆਂ, ਉਹਨਾਂ ਦੀ ਰਿਕੁਆਇਰਮੈਂਟ GRE, GMAT ਜਾਂ SAT ਦੀ ਨਹੀਂ ਹੈ, ਉਹ ਇੱਕ ਆਮ ਬੱਚਾ ਵੀ ਲੈ ਸਕਦਾ। ਅਤੇ GRE, GMAT ਦੇ ਨਾਲ ਕੀ ਹੈ, ਇਹਨਾਂ ਨੂੰ ਸਕੋਲਰਸ਼ਿਪ ਕਾਫੀ ਅੱਛੀ ਲੱਗ ਜਾਂਦੀ ਹੈ। ਮੰਨ ਲਓ ਤੁਹਾਡੀ ਫੀਸ ਸਮਥਿੰਗ $45,000 ਹੈ ਜਾਂ $40,000 ਆ, ਸਕੋਲਰਸ਼ਿਪ ਲੱਗ ਕੇ ਤੁਹਾਨੂੰ $15,000-20,000 ਜਾਂ ਟੋਟਲ ਫਰੀ ਆਫ ਕੋਸਟ ਵੀ ਪੈ ਸਕਦੀ ਹੈ। ਡਿਪੈਂਡ ਕਰਦਾ ਕਿ ਤੁਹਾਡਾ ਪ੍ਰੋਫਾਈਲ ਕਿੰਨਾ ਅੱਛਾ। ਪ੍ਰੋਫਾਈਲ ਦੇ ਵਿੱਚ GPA, ਜਿਹਨੂੰ ਆਪਾਂ ਪਰਸੈਂਟੇਜ ਕਹਿੰਦੇ ਹਾਂ, ਤੁਹਾਡਾ ਇੰਗਲਿਸ਼ ਦਾ ਸਕੋਰ, ਤੁਹਾਡਾ ਜਿਹੜਾ ਓਵਰਆਲ ਕੁਛ ਰਿਸਰਚ ਵਰਕ ਜਾਂ ਤੁਸੀਂ ਐਕਸਟਰਾ ਵਰਕ ਸਪੋਰਟਸ ਦੇ ਵਿੱਚ ਕਿੰਨੇ ਅੱਛੇ ਹੋ, ਕਮਿਊਨਿਟੀ ਸਰਵਿਸਿਜ਼ ਦੇ ਵਿੱਚ ਜਿੱਦਾਂ ਆਪਾਂ ਕੋਈ ਰੈੱਡ ਕਰੋਸ ਦਾ ਕਹਿ ਦਈਏ, ਕਿਸੇ NGO ਦਾ ਕਹਿ ਦਈਏ, ਕੁਛ ਇਹੋ ਜਿਹਾ ਜੇ ਕੰਮ ਕੀਤਾ ਹੋਇਆ, ਇਹ ਸਾਰੀ ਐਕਸਟਰਾ ਕਰਿਕੁਲਰ ਐਕਟੀਵਿਟੀਜ਼ ਜੇ ਕੀਤੀ ਹੋਈਆਂ, ਅਤੇ ਤੁਹਾਡਾ ਜਿਹੜਾ ਸਕੋਲਰਸ਼ਿਪ ਜਿਹੜੀ ਹੈ ਬਹੁਤ ਅੱਛੀ ਚਲੀ ਜਾਂਦੀ ਹੈ। ਹੁਣ ਤੁਸੀਂ ਸੋਚੋ ਕਿ ਬੱਚਾ ਜਾ ਕੇ ਉੱਥੇ IT ਦਾ ਕੋਰਸ ਕਰ ਰਿਹਾ, STEM ਕੋਰਸ ਕਰ ਰਿਹਾ, ਔਰ ਉਹਨੂੰ ਟੋਟਲ ਫਰੀ ਆਫ ਕਾਸਟ ਮਿਲ ਗਿਆ, ਖਾਲੀ ਅਕੋਮੋਡੇਸ਼ਨ ਦਾ ਪੇ ਕਰਨਾ, ਔਰ ਜੇ ਬੱਚਾ ਬਹੁਤ ਹੀ ਐਕਸਟਰਾ ਇੰਟੈਲੀਜੈਂਟ ਹੈ ਤਾਂ ਕਈ ਵਾਰੀ ਅਕੋਮੋਡੇਸ਼ਨ ਵੀ ਯੂਨੀਵਰਸਿਟੀ ਦੀ ਤਰਫ ਤੋਂ ਫਰੀ ਹੋ ਜਾਂਦਾ। ਪਰ ਜੇ ਕੋਈ ਵੀ ਚੀਜ਼ ਫਰੀ 'ਚ ਫਰੀ ਨਹੀਂ ਮਿਲਦੀ, ਉਹਦੇ ਵਾਸਤੇ ਤੁਹਾਨੂੰ ਟਾਈਮ ਡਿਵੋਟ ਕਰਨਾ, ਥੋੜ੍ਹੀ ਰਿਸਰਚ ਕਰਨੀ ਹੈ, ਅੱਛੇ ਕੰਸਲਟੈਂਟ ਦੀ ਤਲਾਸ਼ ਕਰਨੀ ਹੈ, ਉਹਦੇ ਬਾਅਦ ਜਾ ਕੇ ਇਹ ਸਾਰੀ ਚੀਜ਼ਾਂ ਤੁਹਾਡੇ ਵਾਸਤੇ ਪੋਸੀਬਲ ਹੁੰਦੀਆਂ। ਬਿਲਕੁਲ ਬਿਲਕੁਲ। ਸੋ ਦੇਖੋ, ਇੱਕ ਚੰਗਾ ਕੰਸਲਟੈਂਟ ਹੀ ਤੁਹਾਨੂੰ ਸਹੀ ਆਪਸ਼ਨਸ ਬਾਰੇ ਗਾਈਡ ਕਰ ਸਕਦਾ ਹੈ। ਬਹੁਤ ਜ਼ਰੂਰੀ ਹੁੰਦਾ ਹੈ ਤੁਹਾਡੀ ਪ੍ਰੋਫਾਈਲ ਦੇਖੀ ਜਾਵੇ, ਅਸੈਸਮੈਂਟ ਕੀਤੀ ਜਾਵੇ, ਉਸਦੇ ਅਕੋਰਡਿੰਗਲੀ ਸਹੀ ਮੈਚ ਕੀਤਾ ਜਾਵੇ, ਅਤੇ ਭਾਵੇਂ ਕਿਸੇ ਵੀ ਕੰਟਰੀ ਦੀ ਆਪਾਂ ਗੱਲ ਕਰੀਏ। ਸੋ ਅੱਜ ਆਪਾਂ ਜਿਵੇਂ USA 'ਤੇ ਫੋਕਸ ਕੀਤਾ ਹੈ, ਸੋ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹੂੰਗੀ, ਕੋਈ ਵੀ ਸਵਾਲ ਤੁਹਾਡਾ ਅਪਲਾਈ ਕਰਨ ਨੂੰ ਲੈ ਕੇ ਹੈ, ਚੀਜ਼ਾਂ ਹਾਲ ਤੱਕ ਸਮਝ ਨਹੀਂ ਆਈਆਂ ਤੁਹਾਨੂੰ, ਤਾਂ ਜ਼ਰੂਰ ਜਿਹੜਾ ਇਹ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਵੀ ਲੈ ਸਕਦੇ ਹੋ, ਤਾਂ ਕਿ ਰਾਈਟ ਇਨਫੋਰਮੇਸ਼ਨ ਦੇ ਨਾਲ ਤੁਸੀਂ ਅੱਗੇ ਵਧੋ ਔਰ ਆਪਣੀ ਲਾਈਫ ਦੇ ਲਈ ਸਹੀ ਡਿਸੀਜ਼ਨ ਤੁਸੀਂ ਜ਼ਰੂਰ ਲੈ ਸਕੋ। ਬਹੁਤ ਬਹੁਤ ਥੈਂਕਸ ਮੈਮ, ਅੱਜ ਡਿਟੇਲ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਸੀਂ US ਨੂੰ ਲੈ ਕੇ ਸਟੂਡੈਂਟਸ ਨੂੰ ਕਈ ਖਾਸ ਪੁਆਇੰਟ ਜੋ ਹੈ ਦੱਸੇ ਨੇ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ। ਥੈਂਕ ਯੂ ਸੋ ਮਚ। ਥੈਂਕ ਯੂ।